ਹਾਂਜੀ ਬਾਬੇ ਕੀ ਹਾਲ ਚਾਲ ਆ ਐਂਡ ਵਾਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅਤੇ ਤੁਹਾਡੇ ਆਪਣੇ ਚੈਨਲ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਧੰਨਵਾਦ ਆ ਇੰਨਾ ਪਿਆਰ ਦਿੰਦੇ ਹੋ ਵਿਊ ਦਿੰਦੇ ਹੋ ਲਵ ਯੂ ਆ ਸਾਰਿਆਂ ਨੂੰ ਅਤੇ ਅੱਜ ਆਪਾਂ ਜਿਹੜਾ ਕੰਮ ਕਰਨਾ ਨਾ ਜਿਹੜੇ ਇਹਦੇ ਮੂਹਰਲੇ ਟਾਇਰ ਨੇ ਮੰਨ ਲਓ ਉਹ ਦੂਏ ਪਾਉਣੇ ਨੇ ਆਪਾਂ ਨੇ ਜਿਹੜੇ ਛੋਟੇ ਹੁੰਦੇ ਨੇ ਕਿਉਂਕਿ ਕਾਹਨੂੰ ਨਾਲੇ ਤਾਂ ਇਹ ਜ਼ੋਰ ਵੱਧ ਲੈਣਗੇ ਉਹਦੇ ਵਿੱਚ ਕੱਦੂ 'ਚ ਅਤੇ ਨਾਲੇ ਇਹਨਾਂ ਨਾਲ ਪਾਣੀ ਵੱਧ ਉਛਲੂਗਾ ਠੀਕ ਆ ਅਤੇ ਦੂਜੀ ਗੱਲ ਆਪਾਂ ਹੁਣੀ ਪਾ ਲੈਣੇ ਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਤੇ ਉਹ ਜਿਹੜੇ T20 ਦਾ ਹਿੱਸਾ ਹੁੰਦਾ ਇਹਦੇ ਜਿਹੜੇ ਚੱਕੇ ਹੁੰਦੇ ਨੇ ਮੰਨ ਲਓ ਹੋਰ ਹੁੰਦੇ ਨੇ ਪਹਿਲਾਂ ਜਿਹੜੇ ਹਿੱਸੇ ਸੀਗਾ ਉਹਦੇ ਚੱਕੇ ਤਾਂ ਚਲੋ ਉਹੀ ਪੈ ਗਏ ਸੀਗੇ ਫੋੜ ਵਾਲੀ ਪੈ ਜਾਂਦੇ ਨੇ ਉਹ 'ਚ ਤਾਂ ਜਿਹੜਾ ਪਾਵਰ ਸਟੇਅਰਿੰਗ ਦੂਆ ਸੀਗਾ ਚਾਹੇ ਸਿੱਧੇ ਵਾਲਾ ਹੋਵੇ 60 ਵਾਲਾ ਹੀ ਪਰ ਇੱਕ ਤਾਂ ਸਿੰਗਲ ਜੈਕ ਹੁੰਦਾ ਉਹ ਸਿੰਗਲ ਜੈਕ ਸੀ ਡਬਲ ਜੈਕ T20 ਜਿਹੜੇ ਵੀਰਾਂ ਨੂੰ ਬਹੁਤਿਆਂ ਨੂੰ ਤਾਂ ਪਤਾ ਹੋਊਗਾ ਇਹ ਗੱਲ ਦਾ ਹੁਣ ਆਪਾਂ ਕਰਨਾ ਕੀ ਆ ਉਹ ਚੱਕੇ ਲੈ ਨਾਲ ਮਿਲੇ ਸੀਗੇ ਅਤੇ ਪਰ ਰੰਗ ਨਹੀਂ ਉਹਨਾਂ ਨੂੰ ਹੋਇਆ ਪਿਆ ਸੀ ਰੰਗ ਉਹਨਾਂ ਨੂੰ ਲਾਲ ਜਿਹਾ ਹੀ ਹੋਇਆ ਪਿਆ ਮੈਨੂੰ ਲੱਗਦਾ ਪ੍ਰਾਈਮਰ ਜਿਹੀ ਚੱਲ ਆਪਾਂ ਨੇ ਕਰਕੇ ਵੀ ਕੀ ਲੈਣਾ ਕੱਦੂ ਕੱਦੂ 5-10 ਦਿਨ ਦੀ ਖੇਡ ਹੁੰਦੀ ਆ ਉਦੋਂ ਉਦੋਂ ਪਾਉਣੇ ਨੇ ਉਹ ਅਤੇ ਬਾਕੀ ਉਹ ਹੁਣ ਮੈਂ ਅੰਦਰ ਰੱਖੇ ਹੋਏ ਸੀ ਸਾਂਭ ਕਿਉਂ ਕੱਢਣ ਲੱਗਿਆ ਅਤੇ ਤੁਹਾਨੂੰ ਦਿਖਾਉਣਾ ਅਤੇ ਉਹਨਾਂ 'ਚ ਟਾਇਰ ਪਵਾ ਕੇ ਲੈ ਕੇ ਆਉਣਾ ਮੈਂ ਤੁਹਾਨੂੰ ਦੱਸਦਾ ਸਾਰੀ ਕਹਾਣੀ ਠੀਕ ਆ ਓਕੇ ਲਓ ਬਾਬੇ ਉਹ ਆਪਣੇ ਚਰਖਾ ਵੀ ਪਿਆ ਆਪਣਾ ਪੁਰਾਣਾ ਘਰ ਇਹਦੇ ਵਿੱਚ ਆਹ ਲਵੇਟੇ ਪਏ ਨੇ ਐਂ ਜਿਵੇਂ ਇਹਨਾਂ ਨੂੰ ਠੰਡ ਲੱਗਦੀ ਹੁੰਦੀ ਆ ਟਾਇਰ ਨੇ ਇਹ ਠੀਕ ਜੀ ਨੇ ਅਤੇ ਆਹ ਪਏ ਨੇ ਉਹ ਰਿਮ ਲਾਲ ਜੇ ਇਹ ਲਾਉਣੇ ਨੇ ਅਤੇ ਆਹ ਉਰੇ ਮੈਂ ਲਿਆ ਕੇ ਆਹ ਰੱਖਤਾ ਸੀਗਾ ਚੈਨ ਵਾਲਾ ਸਟੇਅਰਿੰਗ ਸਾਂਭ ਕੇ ਲਓ ਮਾਤਾ ਜੀ ਆਹ ਲਾ ਦਿਉ ਉੱਤੋਂ ਠੀਕ ਨਹੀਂ ਗੱਲ ਆਏ ਆ ਫਿਰ ਆਹ ਚਰਖਾ ਚੁਰਖਾ ਜਿਹਾ ਲਾ ਦੇਈਦਾ ਹੁੰਦਾ ਫਿਰ ਲਾ ਕੇ ਚਲੋ ਬਾਕੀ ਬਾਹਰ ਜਾ ਕੇ ਦਿਖਾ ਬਾਬੇ ਆਪਾਂ ਨੇ ਦੂਏ ਦੇ ਵਿੱਚ ਜਿਹੜੇ ਰਿਮ ਸੀਗੇ ਨਾ ਉਹ ਮੈਨੂੰ ਲੱਗਦਾ ਵੇਚ ਵੂਚ ਤੇ ਸੀਗੇ ਮੇਰੇ ਹੁਣ ਕੋਈ ਯਾਦ ਨਹੀਂ ਰਿਹਾ ਕਾਫੀ ਟਾਈਮ ਦੀ ਗੱਲ ਆ ਸਾਲ 1.5 ਸਾਲ ਹੋ ਗਿਆ ਅਤੇ ਆਹ ਟਿਊਬਾਂ ਪਈਆਂ ਨੇ ਆਹ ਟਾਇਰ ਪਏ ਨੇ ਅਤੇ ਆਹ ਰਿਮ ਨੇ ਉਹ ਇਹ ਦੇਖੋ ਇਹ ਸਿੱਧੇ ਹੁੰਦੇ ਨੇ ਹੋਰ ਟਾਈਪ ਹੁੰਦੇ ਨੇ ਲਾਲ ਰੰਗ ਇਹਨਾਂ ਨੂੰ ਚਿੱਟਾ ਰੰਗ ਪਿਆ ਆਪਣੇ ਕੋਲ ਮਗਰਾਟਾਂ ਵਾਲਾ ਪਰ ਆਪਾਂ ਨੇ ਇਹਨੂੰ ਕਰਕੇ ਕੀ ਲੈਣਾ ਜਿੱਦਾਂ ਕੱਦੂ ਕਰਨਾ ਉਦੋਂ ਇੱਕ ਦਿਨ ਪਹਿਲਾਂ ਹੀ ਪਾਵਾਂਗੇ ਹੁਣ ਆਪਣਾ ਇਹ ਫਾਈਨਲੀ ਆ ਗੱਲ ਅਤੇ ਬਾਕੀ ਇਹਨੂੰ ਪਵਾ ਲਿਆਉਂਦੇ ਆਪਾਂ ਵਿੱਚ ਫਿਰ ਚੱਕ ਕੇ ਪਾ ਤਾਂ ਲਵਾਂਗੇ ਕਹਿੰਦੇ ਲਓ ਮਤਲਬ ਆਪਣੇ ਸਟਾਰਟ ਕਰ ਲਿਆ ਹੁਣ ਇਹ ਤਾਂ ਲੀਰ ਲੂਰ ਫੇਰਦਾ ਪਹਿਲਾਂ ਫੇਰ ਲੈ ਕੇ ਚੱਲਾਂਗੇ ਐਂ ਨਹੀਂ ਲੈ ਕੇ ਜਾ ਠੀਕ ਨਾ ਬਾਬਰ ਚੱਲਦੇ ਹਾਂ ਜੇ ਐਤਕੀ ਬੈਟ ਲਾਉਣੇ ਪਏ ਤਾਂ ਆਪਣੇ ਪਹਿਲਾਂ ਵਾਲੇ ਉਹ ਨਟ ਪਏ ਨੇ 3 ਨਟ ਬਾਹਰ ਨੂੰ ਕੱਢ ਕੇ ਜਿਹਦੇ ਬੈਟ ਲੱਗਦਾ ਹੋਇਆ ਬੈਟ ਲਾਵਾਂਗੇ ਬੈਟ ਆਪਣੇ ਉਹ ਦੇਖੋ ਉੱਪਰ ਪਏ ਨੇ ਮੈਂ ਉਹਨਾਂ ਦਾ ਫਾਇਦਾ ਕੀ ਜਦ ਆਪਾਂ ਲਾਈ ਨਹੀਂ ਕਦੇ ਕਿਉਂਕਿ ਐਤਕੀ ਟਾਇਰ ਹੈ ਨਹੀਂ ਪਵਾਉਣੇ ਆਪਾਂ ਗਾਹਾਂ ਨੇ ਐਤਕੀ ਹੁਣ ਜੀ ਵੱਢ ਕੇ ਪਾਵਾਂਗਾ ਭਾਈ ਦਾ ਇੱਕ ਦਾ ਕਮੈਂਟ ਆਇਆ ਸੀਗਾ ਯਾਰ ਕਹਿੰਦਾ ਰਿੰਗ ਕਿਵੇਂ ਬਣਦੇ ਹੁੰਦੇ ਨੇ ਭਾਈ ਇਹਦੇ ਸਲਾਂਸਰ ਤੇ ਤਾਂ ਨਹੀਂ ਮੈਨੂੰ ਲੱਗਦਾ ਬਣਨੇ ਉਹ ਮੋਟੇ ਤੇ ਬਣਦੇ ਹੁੰਦੇ ਨੇ ਉਹ ਬਣਨਗੇ ਚੌਥੇ ਗੇਅਰ 'ਚ ਪਾ ਕੇ ਜੰਮਾ ਹੀ ਐਨ ਘੱਟ ਰੇਸ 'ਤੇ ਉਹਦਾ ਲੋਡ ਉਹ ਕਰ ਦਿਉ ਉਹਨੂੰ ਲੋਡ ਦੇ ਦਿਉ ਮੰਨ ਲਓ ਟਰੈਕਟਰ ਨੂੰ ਬਾਹ ਬੰਦ ਕਰਨ ਵਾਲਾ ਕਰ ਦੇ ਬੰਦ ਰੇਸ 'ਤੇ ਹੀ ਫਿਰ ਰਿੰਗ ਬਣਦੇ ਹੁੰਦੇ ਨੇ ਊਂ ਨਹੀਂ ਬਣਨੇ ਘੁੰਮਦਾ ਟਰੈਕਟਰ ਦਾ ਸਮਾਨ ਲੈਣਾ ਇਹਦਾ ਵੀ ਕੰਮ ਕਰਦਾ ਤੇ ਇੱਕ ਟਾਇਰ ਤਾਂ ਆਪਾਂ ਨੇ ਪਾਤਾ ਬਣਾਤੀ ਇਹਦੀ ਬਾਈ ਨੇ ਗੱਲ ਹਵਾ ਹੋਵੇ ਵੀ ਭਰਤੀ ਟੋਪੀ ਜੀ ਲਾਉਣੀ ਉੱਤੇ ਤੇ ਲੈ ਵੀ ਹੜਦੇ ਨੀ ਬੰਦੇ ਆਪਣੇ ਓਕੇ ਕਰਕੇ ਰੱਖਾਂਗੇ ਆਹ ਬੰਦੇ ਦਾ ਨਾਂ ਵੀ ਮੇਰੇ ਵਾਲਾ ਹੀ ਆ ਯਾਰ ਰਾਜਦੀਪ ਆਹ ਉਸਤਾਦ ਨੇ ਕੰਮ ਕੀਤਾ ਪਵਨੇ ਦੀ ਦੁਕਾਨ ਆ ਐਸ ਕੇ ਐਸ ਖਾਨ ਦੂਜਾ ਲੱਗ ਗਿਆ ਬਾਬੇ ਪਾਉਣ ਸਫਾਈ ਸਫੂਈ ਕਰਕੇ ਐਨ ਓਕੇ ਹੁਣ ਤਾਂ ਮਸ਼ੀਨਾਂ ਨੇ ਕੰਮ ਸਿਖਾਲਾ ਕਰਤਾ ਨਹੀਂ ਮਸ਼ੀਨਾਂ ਨੇ ਕੰਮ ਤਾਂ ਬਹੁਤ ਸਖਾਲਾ ਕਰਤਾ ਹਨਾ ਤੇ ਲਓ ਬਾਬੇ ਟਾਇਰ ਆਪਣੇ ਦੋਵੇਂ ਹੋਊਗੇ ਓਕੇ ਜਮੀ ਐਸ ਕੇ ਕਹਿੰਦਾ ਉਹਨੂੰ ਕਹਿ ਦੀ ਕਿ ਚਲਿਆ ਗਿਆ ਚੰਗਾ ਕਿਹਾ ਕੀਤਾ ਉਹਦਾ ਕੰਮ ਮੂੰਹ ਤਾਂ ਮੈਂ ਉਹਨੂੰ ਕਹਿਤਾ ਪਵਨੇ ਨੂੰ ਪੁਰਾਣਾ ਯਾਰ ਆਪਣਾ ਫੌਜੀ ਖੜਾ ਫੌਜੀ ਚੱਲ ਠੀਕ ਆ ਮਿੱਤਰਾ ਮਿਲਦੇ ਹੁਣ ਜਾ ਕੇ ਕੋਈ ਕੰਮ ਕਰ ਕਰੀਏ ਚੱਲ ਠੀਕ ਆ ਜੱਟਾ ਤੇ ਲਓ ਬਾਬੇ ਆਪਾਂ ਨੇ ਰੂਟਾਵੀਟਰ ਕੱਢਤਾ ਮੈਂ ਤੁਹਾਨੂੰ ਦਿਖਾਇਆ ਨਹੀਂ ਰੂਟਾਵੀਟਰ ਨਾਲ ਵਾਹ ਕੇ ਆਇਆ ਮੱਕੀ ਦੀ ਹੋ ਰਹੀ ਹੈ ਤਿਆਰੀ ਉੱਧਰ ਬੀਜਣ ਦੀ
ਅੱਜ ਆਪਾਂ ਮੱਕੀ ਬੀਜ ਦੇਣੀ ਆ। ਆਹ ਥੋੜ੍ਹਾ ਜਿਹਾ ਇੱਕ ਥਾਂ ਗਿੱਲਾ ਜ਼ਿਆਦੇ ਆ, ਦੇਖੀ ਜਾਊ ਉੱਥੇ ਹੋਊ ਤਾਂ ਠੀਕ ਆ, ਨਹੀਂ ਹੋਊ ਤਾਂ ਠੀਕ ਆ। ਛੱਲੀਆਂ ਵਾਲੀ ਮੱਕੀ ਆ ਆਪਣੀ, ਉਹ ਬੀਜ ਦੇਣੀ ਆ ਅਤੇ ਉੱਤੇ ਆਪਾਂ ਨੂੰ ਜਦੀ ਸਪਰੇ ਕਰਨੀ ਪੈਣੀ ਆ। ਅਤੇ ਹੁਣ ਮੈਂ ਸੁਭਾਗਾ ਪਾ ਕੇ ਲੈ ਕੇ ਜਾਊਂ, ਆਪਣੇ ਵਾਲਾ ਸੁਭਾਗਾ ਖੜ੍ਹਾ ਮਗਰ ਜਮਾਂ ਕਿਹੜਾ ਹਾਲ ਇੱਧਰ ਉੱਧਰ ਐਂ ਕਰਕੇ ਕਰੂਗਾ, ਕਾਲੇ ਵਾਲਾ ਸੁਭਾਗਾ ਖੜ੍ਹਾ ਵਿਹੜੇ 'ਚ ਉਹਦੇ ਪਾ ਲਿਆਉਣਾ। ਅਤੇ ਚਲੋ ਬਾਕੀ ਅੱਗੇ ਤੁਹਾਨੂੰ ਦਿਖਾਉਣਾ, ਆਹ ਆਪਾਂ ਨੇ ਟਾਇਰ ਤੁਹਾਨੂੰ ਦਿਖਾਏ ਦਿੱਤਾ ਵੀ ਪਵਾ ਲੈਂਦੇ ਵੀਰ, ਇੱਕ ਯਾਰ ਇਹ 'ਚ ਦਵਾਈ ਦੀ ਦਵਾਈ ਹੈ ਜੋ ਕੱਢੀ ਤਾਂ ਨਹੀਂ। ਆਹ ਬਈ ਇਹ ਕਿੱਥੇ ਜਾਂਦੀ ਆ, ਆਹ ਆਪਾਂ ਨੇ ਕਰਨੀ ਆ ਬਾਬੇ ਪਨੀਰੀ 'ਤੇ ਵਧਣ ਫੁੱਲਣ ਨੂੰ, ਠੀਕ ਆ। ਅਤੇ ਚਲੋ ਦਿਖਾਉਂਦੇ ਹਾਂ ਅੱਗੇ ਫਿਰ। ਅਤੇ ਲਓ ਬਾਬੇ ਆਹ ਮਸ਼ੀਨ ਤਾਂ ਆਪਾਂ ਨੇ ਪਾ ਲਈ, ਬਾਕੀ ਤੁਹਾਨੂੰ ਜਾ ਕੇ ਦਿਖਾਉਣਾ। ਇਹ ਰੌਣੀ ਆ ਸੁਸਾਇਟੀ ਜਿੱਥੋਂ ਮਿਲਦੇ ਨੇ ਸਾਡਾ, ਆਹ ਸੁਸਾਇਟੀ ਆ, ਇਹ ਉੱਧਰਲੇ ਗਰਾਊਂਡ 'ਚੋਂ ਪਾਈ ਆ ਇਹਨਾਂ ਦੇ, ਉੱਧਰ ਜਿਹੜਾ ਮੇਨ ਜਿੱਥੇ ਵੱਧ ਉਹ ਆ ਉੱਥੋਂ ਪਾ ਕੇ ਲੈ ਕੇ ਆਇਆ ਰੌਣੀ। ਅਤੇ ਬਾਕੀ ਚੱਲ ਕੇ ਦਿਖਾਉਣਾ ਤੁਹਾਨੂੰ ਹਿਸਾਬ ਕਿਤਾਬ ਆ ਬੀਜ ਦੇਣ 'ਚ, ਠੀਕ ਹੈ ਜੀ। ਕਿਉਂਕਿ ਜੇ ਮੀਂਹ ਆ ਵੀ ਜਾਊ ਆਪਾਂ ਨੂੰ ਤਾਂ ਵੀ ਕੋਈ ਪ੍ਰੋਬਲਮ ਨਹੀਂ, ਮੱਕੀ ਹੋਊਗੀ। ਇੰਨੇ ਕੋਲ ਘਰ ਥੈਲਾ ਪਿਆ ਡਾਈ ਦਾ, ਪਾ ਕੇ ਵਿੱਚ ਇਹਦੇ ਸਿੱਟਦੇ ਹਾਂ, ਠੀਕ ਨਹੀਂ। ਚਲੋ ਆ ਜੀ, ਅਤੇ ਲਓ ਬਾਬੇ ਬੀਜਣ ਲੱਗੇ ਤੀ, ਪਰ ਉਹਦੇ ਕਰਕੇ ਆਪਣਾ ਜਿਵੇਂ ਸੁਭਾਗਾ ਫੇਰਤਾ ਉਹਦੇ ਨਾਲ ਕੈੜੀ ਹੋ ਗਈ ਥੋੜ੍ਹੀ ਜਿਹੀ, ਉਹਦੇ ਕਰਕੇ ਹੁਣ ਹਲ ਫੇਰੇ ਨੇ, ਹੁਣ ਦੋ ਹੋਰ ਹਲਾਂ ਨਾਲ ਕਰਕੇ ਫੇਰ ਬੀਜਦੇ ਹਾਂ, ਫੇਰ ਸਹੀ ਬੀਜੀ ਜਾਊਗੀ। ਅਤੇ ਫੱਟਾ ਜਿਹਾ ਮਗਰ ਸਿੱਟਦੀ ਹੈ, ਫਿਰ ਦੇਖਦੇ ਹਾਂ ਕੀ ਬਣਦਾ। ਹੁਣ ਇਹਨੂੰ ਬੀਜਦੇ ਹਾਂ ਵਧੀਆ ਕਰਕੇ, ਅਤੇ ਨਾਲ ਫੱਟਾ ਸਿੱਟ ਲੈਂਦੇ ਹਾਂ, ਚੱਲ ਕੁਛ ਨਾ ਕੁਛ ਫਰਕ ਪਊਗਾ। ਹੁਣ ਆਪਾਂ ਬਾਬੇ ਚੱਲੇ ਹਰਾ ਵੱਢਣ, ਅਤੇ ਬਾਕੀ ਤੁਹਾਨੂੰ ਮੱਕੀ ਦੀ ਦਾਸ ਸੁਣਾਉਣਾ ਵੀ ਆਪਣੇ ਨਾਲ ਕੀ ਹੋਇਆ ਅੱਜ, ਠੀਕ ਨਹੀਂ। ਅਤੇ ਉਹ ਤੁਹਾਨੂੰ ਦਿਖਾ ਵੀ ਦਊਂਗਾ, ਅਤੇ ਬਾਕੀ ਮੈਨੂੰ ਦੱਸਣ 'ਚ ਵੀ ਉਹ ਨਹੀਂ ਆਉਂਦਾ ਵੀ ਹਾਂ ਵੀ ਮੈਂ ਕਿਹੜਾ ਬਹੁਤ ਬੜਾ ਖੇਤੀਕਾਰ ਹਾਂ ਵੀ ਆਪਦੇ ਜੋ ਕਾਪਾਂ ਕਰਦੇ ਹਾਂ। ਅਤੇ ਪਰ ਉਹਦੀ ਉਹ ਮਸ਼ੀਨ ਨਾਲ ਆਪਾਂ ਨੇ ਕਦੇ ਮੱਕੀ ਬੀਜੀ ਨਹੀਂ ਸੀ, ਉਹਦੀ ਮੋਟਰ 'ਤੇ ਚੱਲ ਕੇ ਨਾ ਟਰੈਕਟਰ ਬੰਦ ਕਰਕੇ ਤੁਹਾਨੂੰ ਸੁਣਾਉਣਾ। ਅਤੇ ਹੋਰ ਸਾਰੇ ਚੜ੍ਹਦੀ ਕਲਾ 'ਚੋਂ ਦੱਸਿਓ ਫਿਰ ਕਮੈਂਟਾਂ ਵਿੱਚ ਵੀ ਠੀਕ ਠਾਕ ਹੋ ਸਾਰੇ। ਅਤੇ ਹਾਂਜੀ ਉਹ ਗੱਲ ਹੋਈ ਆਪਣੀ ਮਿੱਤਰੋਂ ਐਵੇਂ ਵੀ ਉਹਦੇ ਨਾਲ ਆਪਾਂ ਮੱਕੀ ਬੀਜਣ ਲੱਗ ਗਏ। ਮੈਨੂੰ ਪਤਾ ਨਹੀਂ ਸੀਗਾ ਵੀ ਇੱਕ ਤਾਂ ਬਾਹੀ ਬਾਹਲੀ ਵਧੀਆ ਹੋਣੀ ਚਾਹੀਦੀ ਆ, ਉਹਦੇ ਨਾਲ ਫੁੱਲ ਵਧੀਆ ਹੀ ਬਾਹੀ ਹੋਣੀ ਚਾਹੀਦੀ ਆ। ਅਤੇ ਦੂਜੀ ਗੱਲ ਉਹਦੇ ਨਾਲ ਨਾ ਜ਼ਮੀਨ ਸੁੱਕੀ ਚਾਹੀਦੀ ਆ ਯਾਰ, ਉਹਦੇ ਖਾਤਰ ਵੀ ਫਿਰ ਬਾਅਦ 'ਚ ਪਾਣੀ ਦੇਣਾ। ਮੈਂ ਉੱਥੇ ਲਾਲਚ ਕਰ ਗਿਆ ਵੀ ਆਪਣਾ ਪਾਣੀ ਬਚੂ ਜਰਨੇਟਰ 'ਤੇ ਚਲਾਉਣ ਦਾ ਖਾਤਰ ਵੀ ਆਪਾਂ ਇੱਕ ਨੇ ਬੀਜ ਦੇਣਾ, ਪਰ ਉਹ ਗੱਲ ਜੀ ਨਹੀਂ ਬਣੀ, ਕੁਛ ਵੀ ਉੱਤੇ 'ਚ ਰਹਿ ਗਏ ਕੁਛ। ਪਰ ਫਿਰ ਮੈਂ ਹਾਂ ਵੀ ਹੁਣ ਬਾਹੇ ਦੇ, ਹੁਣ ਅਸੀਂ ਬੀਜਦੇ ਹੁੰਦੇ ਸੀਗੇ ਅੱਗੇ ਉਹ ਦੂਏ ਜਿਹਦੇ ਨਾਲ ਆਪਾਂ ਮੰਨ ਲਓ ਵੀ ਗੰਨਾ ਬੀਜਦੇ ਹਾਂ ਉਹਦੇ ਨਾਲ ਬੀਜਦੇ ਹੁੰਦੇ ਸੀ ਅਤੇ ਹੱਥਾਂ ਨਾਲ ਲਾਉਂਦੇ ਸੀ। ਹੁਣ ਐਤਕੀ ਵੀ ਉਹੀ ਕੰਮ ਕਰਨਾ ਯਾਰ, ਇਹ ਤਾਂ ਮਸ਼ੀਨ ਦਾ ਤਾਂ ਜੱਬ ਨਵੇੜੇ ਦੇਣਾ, ਹੁਣ ਇਹ ਨਹੀਂ ਕਦੇ ਲਿਆਉਣੀ, ਬਸ ਐਂ ਚੱਕਰ ਪੈ ਗਿਆ। ਇਹ ਤੁਹਾਨੂੰ ਸਾਰਿਆਂ ਨੂੰ ਦੱਸਣਾ ਜ਼ਰੂਰੀ ਵੀ ਸੀਗਾ ਵੀ ਆਪਣੀ ਮੱਕੀ ਬਈ ਬਣੀ ਬਣੀ ਨਹੀਂ ਵੀਰੇ ਗੱਲਬਾਤ ਆ। ਮੈਨੂੰ ਪਤਾ ਨਹੀਂ ਸੀ ਇਹ ਮਸ਼ੀਨ ਬਾਰੇ, ਊਂ ਸੁਣਿਆ ਸੀ ਵੀ ਬੈੱਡਾਂ 'ਤੇ ਵਧੀਆ ਹੋ ਜਾਂਦੀ ਆ ਮੱਕੀ ਬੀਜੀ ਆਪਾਂ ਨੇ, ਐਂ ਤਾਂ ਵਧੀਆ ਹੋਈ ਆਪਣੀ, ਪਰ ਉਹਦੇ ਨਾਲ ਬੀਜੀ ਹੈ। ਚਲ ਕੋਈ ਗੱਲ ਨਹੀਂ, ਹੁੰਦਾ ਆਉਂਦਾ ਜਾਂਦਾ ਰਹਿੰਦੀ ਇਹ ਗੱਲਾਂ। ਅਤੇ ਬਾਕੀ ਹੁਣ ਆ ਸੁੱਕ ਜੂ ਦੋ ਚਾਰ ਦਿਨ 'ਚ, ਫਿਰ ਵਾਹ ਕੇ ਨਾ ਐਨ ਪੂਰੀ ਵਧੀਆ ਰੀਝ ਲਾ ਕੇ ਉਹਦੇ 'ਤੇ ਹਲਾਂ ਨਾਲ ਘੱਟੋ ਘੱਟ ਚਾਰ ਵਾਰ ਵਾਹ ਕੇ, ਅਤੇ ਫਿਰ ਉੱਤੇ ਦੀ ਪਤਲਾ ਪਤਲਾ ਰੂਟਾਵੀਟਰ ਫੇਰ ਕੇ ਵੀ ਜਿਹੜੇ ਉਹਦੇ ਵੱਟਾਂ ਵਧੀਆ ਬਣਨ, ਅਤੇ ਉਕਣ ਫਿਰ ਆਪਾਂ ਹੁਣ ਉਹਦੇ ਨਾਲ ਪਾਵਾਂਗੇ, ਫਿਰ ਹੱਥਾਂ ਨਾਲ ਲਾਵਾਂਗੇ, ਉਹ ਵੀ ਤੁਹਾਨੂੰ ਦਿਖਾਵਾਂਗੇ ਜਿੱਦਾਂ ਲਾਈ, ਠੀਕ ਆ। ਇੱਧਰੋਂ ਧੁੱਪ ਪੈ ਰਹੀ ਹੈ ਯਾਰ ਬਹੁਤ ਜ਼ਿਆਦਾ, ਮੰਨ ਲਓ ਮੋਬਾਈਲ 'ਤੇ ਹੁਣ ਤਾਂ ਹੈ ਨਹੀਂ ਸੂਰਜ, ਸ਼ਾਮ ਦਾ ਵੇਲਾ। ਅਤੇ ਚਲੋ ਲਵ ਯੂ ਆ ਸਾਰਿਆਂ ਨੂੰ, ਵਲੌਗ ਨੂੰ ਪਿਆਰ ਦਿਆ ਕਰੋ। ਹੁਣ ਮੈਂ ਹਰਾ ਹੋਰਾ ਪੜ੍ਹਦਾ ਅਤੇ ਤੁਹਾਨੂੰ ਪਨੀਰੀ ਦਿਖਾ ਕੇ ਲੈ ਕੇ ਆਉਣਾ ਅੱਜ ਦੀ ਵੀ ਕਿਵੇਂ ਆਈ ਹੈ, ਠੀਕ ਆ। ਕਿਉਂਕਿ ਪਨੀਰੀ ਦਾ ਤਾਂ ਰੋਜ਼ ਦੀ ਰੋਜ਼ ਫਰਕ ਪੈਂਦਾ ਰਹਿੰਦਾ, ਉਸ ਚੀਜ਼ ਕਰਕੇ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਆਉਣਾ ਹੁਣੇ। ਉਰੇ ਵੀ ਆਪਾਂ ਹਰਾ ਦੁਬਾਰੇ ਬੀਜ ਦੇਣਾ, ਕਿਉਂਕਿ ਉੱਧਰ ਹਜੇ ਹਰਾ ਨਹੀਂ ਬੀਜਦੇ, ਇਕੱਲੀ ਮੱਕੀ ਮੱਕੀ ਬੀਜਾਂਗੇ। ਉਹ ਤੁਹਾਨੂੰ ਸਾਰਾ ਦੱਸਦੇ ਰਹਾਂਗੇ ਕਿਵੇਂ ਕੀ ਕਰਦੇ ਹਾਂ। ਕੱਦੂ ਆਪਾਂ ਲੱਗਾਂਗੇ 14 ਤਰੀਕ ਨੂੰ ਕਰਨ, ਨਾ 13 ਨੂੰ, 14 ਨੂੰ ਲੈਟ ਆਉਣੀਆਂ, ਮੰਨ ਲਓ ਵੀ ਫੁੱਲੇ 8 ਘੰਟੇ ਹੀ ਕਹਿੰਦੇ ਨੇ, ਅਤੇ ਆਪਾਂ 13 ਨੂੰ ਕਰਨ ਲੱਗ ਜਾਂਗੇ। ਜੇ 14 ਨੂੰ ਲੈਟ ਆਉਣੀ ਹੋਈ ਤਾਂ ਨਹੀਂ ਨਹੀਂ ਫਿਰ ਹਜੇ ਕਰਦੇ,
ਤੇ ਬਾਕੀ ਆਪਣਾ ਸਾਰਾ ਓਕੇ ਦੀ ਰਿਪੋਰਟ ਹੈ। ਪਨੀਰੀ ਤੁਹਾਨੂੰ ਦਿਖਾ ਦਿੰਦੇ ਹਾਂ। ਮੰਜਾ ਮੈਂ ਉਦਣ ਤਾਂ ਬਾਰੀ ਪਿਆ ਦੇਖੋ ਲਿਬੜ ਗਿਆ, ਚਾਬੀ ਅੱਜ ਫੇਰ ਘਰੇ ਭੁੱਲਿਆ, ਲਿਬੜ ਗਿਆ ਥੱਲੋਂ ਮੰਜਾ। ਦੇਖੋ ਪਨੀਰੀ ਉਦੋਂ ਦਿਖਦੀ ਹੈ ਨਾ ਘੈਂਟ, ਬਾਕੀ ਨੇੜੇ ਜਾਂਦੇ ਹਾਂ ਆਪਾਂ ਉੱਧਰ ਦੀ, ਕਿਉਂਕਿ ਇਹਨੂੰ ਹੁਣ ਤੁਹਾਨੂੰ ਦੱਸਿਆ ਵਾ ਸਾਨੂੰ ਪਾਣੀਓ ਦਿੱਤਾ ਹੋਇਆ ਸੀ। ਹਾਂ ਮੈਂ ਸਪਰੇਅ ਮਾਰਤੀ ਅੱਖਾਂ ਵਾਲੀ, ਅੱਖ ਵੀ ਆਪਣੇ ਸੁੱਕ ਗਏ। ਤੇ ਉਰੋਂ ਕਦੀ ਜਾ ਕੇ ਦੇਖ ਲਿਆ ਜੇ ਕਿਤੋਂ ਦੀ ਨਾ, ਦੇਖੋ ਜਿੱਥੋਂ ਮਾੜਾ ਮਾੜਾ ਸੁੱਕ ਜੇ ਗਿਆ। ਤੇ ਲਓ ਮਿੱਤਰੋ ਪਨੀਰੀ ਆਪਣੀ ਇਹੀ ਜਿਹੀ ਹੋ ਗਈ ਯਾਰ। ਇਹ ਤਾਂ ਆਪਾਂ ਕੱਲ੍ਹ ਨੂੰ ਸਪਰੇ ਕਰਦੇ ਹਾਂ ਨਾ, ਉੱਤੋਂ ਉਹਦੇ ਜਲ ਜੇ ਗਈ ਮਾੜੀ ਜਿਹੀ ਆ ਦੇਖੋ। ਇਹ ਤਾਂ ਹੋ ਗਈ ਮੈਨੂੰ ਲੱਗਦਾ ਰੇਹ ਰੂਹ ਨਾਲ ਨਾ ਹੋ ਗਈ ਹੋਵੇ, ਊਂ ਵਧੀਆ ਹੋ ਗਈ ਪਨੀਰੀ ਆਪਣੀ, ਇੱਥੇ ਵੱਧ ਰੇਹ ਰੂਹ ਨਾ ਪੈ ਗਿਆ ਹੋਵੇ। ਇਹਦੇ ਸਪਰੇ ਲੈਂਦੀ ਪਈ ਆ, ਮੈਂ ਤੁਹਾਨੂੰ ਦਿਖਾ ਦਿੱਤੀ ਉਹ ਮਾਰਦੇ ਹਾਂ। ਅਤੇ ਚਲੋ ਹੁਣ ਆਪਾਂ ਪਹਿਲਾਂ ਹਰਾ ਵੱਢੀਏ ਫੇਰ ਕਰਾਂਗੇ ਗੱਲਾਂ ਬਾਤਾਂ। ਅਤੇ ਲਓ ਬਾਬੇ ਆਪਾਂ ਨੇ ਹਰਾ ਵੀ ਵੱਢ ਲਿਆ, ਲੱਦ ਵੀ ਲਿਆ, ਇੱਕ ਭਰੀ ਲੈ ਕੇ ਜਾਂਦੇ ਹੁੰਦੇ ਹਾਂ, ਬਾਹ ਥੋੜ੍ਹੀ ਜਿਹੀ ਰਹਿ ਗਈ, ਉੱਥੋਂ ਤਾਂ ਸਿੱਧੀ ਸੜੀ ਜੀ, ਇੱਧਰ ਅਜੇ ਵਧੀਆ ਬਸ ਫੇਰ ਆਪਣਾ ਉਹ ਸ਼ੁਰੂ ਹੋਊਗਾ। ਆ ਦੇ ਲਓ ਜਾ ਪਹਿਲਾਂ ਵੱਢੀ ਤੀ ਇੰਨੀ ਕੁ, ਇਹ ਬਈਆ ਉੱਚੀ ਵੱਢ ਗਿਆ ਤੀ, ਉਹਨੇ ਉੱਚੀ ਵੱਢਤੀ ਤੀ, ਦੇਖੋ ਕਿੰਨੀ ਸੰਘਣੀ ਹੋ ਗਈ। ਲੈ ਹੈਰਾਨ ਆ ਮੈਂ, ਦੂਜੀ ਵੱਢੀ ਲੈ, ਇੰਨੀ ਦੂਜੀ ਵੱਢੀ ਦੇ ਜੂ ਆਹ ਜੇ ਚ ਰੇਰੂ ਪਾ ਦੀਏ। ਆ ਵੀ ਚੱਲ ਹੋਏ ਗਿਆ ਹੁਣ ਖਾਣ ਦਾ, ਇਹ ਵੀ ਕੱਲ੍ਹ ਨੂੰ ਇਹਦਾ ਕੁਛ ਲੈ ਜਾਵਾਂਗੇ, ਇੱਕ ਥੱਬਾ ਦੋ ਥੱਬੇ ਵੱਢ ਕੇ ਬੱਚੇ ਰਲ ਜੋ, ਉਹ ਮੁੱਢੋਂ ਵੱਢਾਂਗੇ ਮੁੱਢੋਂ ਵੱਢਾਂਗੇ। ਚਲੋ ਅਤੇ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ, ਇਹ ਜੋ ਵੀ ਤਿੰਨ ਚਾਰ ਚੀਜ਼ਾਂ ਨੇ ਕਰਨਾ ਨਾ ਭੁੱਲਿਓ। ਅਤੇ ਬਾਕੀ ਲਵ ਯੂ ਸਾਰਿਆਂ ਨੂੰ ਇੰਨਾ ਸਾਰਾ ਪਿਆਰ।